ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਹਾਂ ਗੁਰਜੰਟ ਸਿੰਘ ਰੂਪਵਾਲੀ ਅਤੇ ਇਸ ਟਾਈਮ ਮੈਂ ਹਾਂ ਪਿੰਡ ਕੈਲੀਫੋਰਨੀਆ ਟਿੱਕਰੀ ਬਾਰਡਰ। ਅਤੇ ਇਸ ਵੇਲੇ ਮੇਰੇ ਨਾਲ ਜਿਹੜੀਆਂ ਦੋ ਸ਼ਖਸੀਅਤਾਂ ਨੇ ਜਿਨ੍ਹਾਂ ਦਾ ਇਸ ਕਿਸਾਨੀ ਸੰਘਰਸ਼ ਦੇ ਵਿੱਚ, ਇਸ ਮੋਰਚੇ ਦੇ ਵਿੱਚ ਬਹੁਤ ਵੱਡਾ ਯੋਗਦਾਨ ਆ। ਅਤੇ ਇਹ ਦੋਵੇਂ ਸ਼ਖਸੀਅਤਾਂ ਨਾ ਕਿਸੇ ਪਾਰਟੀ ਨਾਲ ਅਤੇ ਨਾ ਕਿਸੇ ਯੂਨੀਅਨ ਦੇ ਨਾਲ ਆਈਆਂ ਨੇ। ਅਤੇ ਸਭ ਤੋਂ ਪਹਿਲਾਂ ਮੈਂ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਆ, ਡਾਕਟਰ ਸਵੈਮਾਨ ਸਿੰਘ ਜੀ, ਜਿਹੜੇ ਕਿ ਦਿਲ ਦੇ ਰੋਗਾਂ ਦੇ ਮਾਰ ਆ, ਉਹਨਾਂ ਦਾ ਕਿਸੇ ਜਥੇਬੰਦੀ ਦੇ ਨਾਲ ਸੰਬੰਧਿਤ ਨਹੀਂ। ਅਤੇ ਦੂਸਰੇ ਪਾਸੇ ਭਾਈ ਸਰਬਜੀਤ ਸਿੰਘ ਜੀ ਧੁੰਦਾ, ਜਿਹੜੇ ਕਿ ਗੁਰੂ ਨਾਨਕ ਸਾਹਿਬ ਜੀ ਦੇ ਵਿਚਾਰਧਾਰਾ ਨੂੰ, ਸਿਧਾਂਤ ਨੂੰ ਘਰ ਘਰ ਪਹੁੰਚਾਉਣ ਵਾਸਤੇ ਤਤਪਰ ਨੇ। ਸੋ ਜਿਹੜਾ ਇਹਨਾਂ ਦਾ ਇੱਥੇ ਯੋਗਦਾਨ ਆ ਉਹ ਬਹੁਤ ਵੱਡਾ ਆ, ਕਿਉਂਕਿ ਜਥੇਬੰਦੀਆਂ ਵਾਲੇ ਤਾਂ ਆਪਣੇ ਤੌਰ 'ਤੇ ਲੱਗੇ ਨੇ, ਪਰ ਡਾਕਟਰ ਸਾਹਿਬ ਜਿਨ੍ਹਾਂ ਦਾ ਆਪਣਾ ਕਿੱਤਾ ਡਾਕਟਰੀ ਦਾ, ਪਰ ਉਹਦੇ ਨਾਲ ਨਾਲ ਜਿਹੜੇ ਇੱਥੇ ਆਣ ਕੇ ਉਹਨਾਂ ਨੇ ਸੇਵਾਵਾਂ ਕੀਤੀਆਂ ਨੇ ਉਹ ਕਾਬਲੇ ਤਾਰੀਫ ਨੇ, ਉਹ ਇਤਿਹਾਸ ਦੇ ਵਿੱਚ ਦਰਜ ਹੋਣਗੀਆਂ। ਮੈਂ ਡਾਕਟਰ ਸਾਹਿਬ ਜੀ ਨੂੰ ਇਹ ਪੁੱਛਣਾ ਚਾਹਾਂਗਾ ਕਿ ਹੁਣ ਮੋਦੀ ਨੇ ਬਿੱਲ ਵਾਪਸ ਲੈਣ ਦਾ ਐਲਾਨ ਕੀਤਾ ਅਤੇ ਕੱਲ੍ਹ ਕੈਬਨਿਟ ਦੇ ਵਿੱਚ ਵੀ ਉਸ ਚੀਜ਼ ਨੂੰ ਮਨਜ਼ੂਰੀ ਦੇ ਦਿੱਤੀ ਗਈ, ਜਦੋਂ ਤੁਸੀਂ ਇਹ ਪਹਿਲੀ ਖਬਰ ਸੁਣੀ ਸੀ ਤਾਂ ਤੁਹਾਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ? ਜਦੋਂ ਮੈਨੂੰ ਪਤਾ ਲੱਗਾ ਹੈ ਨਾ, ਮੈਂ ਤਾਂ ਰੋਣ ਲੱਗ ਪਿਆ ਸਾਂ, ਬਹੁਤ ਉੱਚੀ ਉੱਚੀ ਰੋਇਆ। ਐਕਚੁਲੀ ਮੈਨੂੰ ਲੱਗਦਾ ਪਿਛਲੇ 20 ਸਾਲਾਂ 'ਚ ਇੱਦਾਂ ਨਹੀਂ ਰੋਇਆ ਹੋਣਾ। ਮੈਂ ਟੀਮ ਨੂੰ ਇਕੱਠੇ ਕਰ ਲਿਆ, ਰੋਂਦੇ ਰੋਂਦੇ ਹੀ ਸਾਰਾ ਉਹ ਕਰਕੇ, ਪਤਾ ਨਹੀਂ ਲੱਗਿਆ ਕਿਉਂ, ਕਿ ਖੁਸ਼ੀ ਨਾ ਕਿ ਦੁੱਖ ਨਾ, ਹੈ ਨਾ, ਕਿ 700 ਸ਼ਹੀਦ ਹੋ ਗਏ, ਬਹੁਤ ਕੁਝ ਹੋਇਆ, ਬਹੁਤ ਕੁਝ ਮਨ 'ਚ ਆਇਆ ਕਿ ਵਾਕਈ ਯਾਰ ਇਹਦੀ ਕੀ ਲੋੜ ਸੀ, ਆ ਸਾਰਾ ਟਾਈਮ ਕੀ ਅੱਜ ਕੀ ਅੱਜ ਬਦਲਿਆ। ਫਿਰ ਬਹੁਤ ਕੁਝ ਦਿਮਾਗ 'ਚ ਆਇਆ, ਦਿਮਾਗ ਚੱਲਿਆ, ਕੁਛ ਯਾਦਾਂ, ਕੁਛ ਲੋਕ ਜਿਹੜੇ ਇੱਥੇ ਹੱਥਾਂ 'ਚ ਸਾਡੇ ਜਿਹੜੇ ਸ਼ਹੀਦ ਹੋਏ ਆ, ਉਹ ਸਾਰਾ ਕੁਝ ਯਾਦ ਕਰਕੇ ਰੋ ਕੇ ਫਿਰ ਸੋਚਿਆ ਕਿ ਯਾਰ ਕਿਉਂ ਉਹਨੇ ਵਾਪਸ ਲਏ ਆ। ਉਹ ਵੀ ਸੋਚਣ ਦਾ ਟਾਈਮ ਕੱਢਿਆ ਕਿ ਹਾਂ ਯਾਰ, ਕਿ ਸਾਡੇ ਕਰਕੇ ਕੱਢੇ ਆ। ਫਿਰ ਉਹਦੀ ਸਪੀਚ ਧਿਆਨ ਨਾਲ ਸੁਣੀ, ਜਿਹਦੇ ਵਿੱਚ ਉਹਨਾਂ ਨੇ ਮਾਫ਼ੀ ਮੰਗੀ ਕਾਰਪੋਰੇਟਸ ਕੋ ਕਿ ਬਈ ਇਹ ਅਸੀਂ ਇਸ ਲਈ ਵਾਪਸ ਲੈ ਰਹੇ ਕਿ ਇਹਨਾਂ ਨੂੰ ਸਮਝਾ ਨਹੀਂ ਪਾਏ, ਇਹ ਨਹੀਂ ਕਿ ਇਹ ਗਲਤ ਆ ਜਾਂ ਇਹ 'ਚ ਸ਼ਹੀਦ ਹੋ ਗਏ ਲੋਕ, ਨਹੀਂ, ਇਸ ਲਈ ਵਾਪਸ ਲੈ ਰਹੇ ਕਿ ਅਸੀਂ ਇਹਨਾਂ ਲੋਕਾਂ ਨੂੰ ਸਮਝਾ ਨਹੀਂ ਪਾਏ, ਕਿਸਾਨਾਂ ਨੂੰ ਸਮਝਾ ਨਹੀਂ ਪਾਏ, ਮੈਂ ਮਾਫ਼ੀ ਮੰਗਦਾ ਕਾਰਪੋਰੇਟਸ ਕੋ। ਔਰ ਮੈਨੂੰ ਉਹ ਚੀਜ਼ ਵੀ ਬੜੀ ਬਾਅਦ 'ਚੋਂ ਲੱਗੀ ਕਿ ਯਾਰ ਜਿੱਥੇ 3 ਆਇਆ ਕੱਲ੍ਹ 6 ਵੀ ਆਉਣੇ ਆ। ਮੈਂ ਇਹੋ ਹੀ ਸਵਾਲ ਭਾਈ ਸਰਬਜੀਤ ਸਿੰਘ ਨੂੰ ਕਰਾਂਗਾ ਕਿ ਜਦੋਂ ਇਹਨਾਂ ਨੂੰ ਪਤਾ ਲੱਗਾ, ਇਹ ਗੱਲ ਸੁਣੀ, ਇਹਨਾਂ ਨੂੰ ਇਹ ਖਬਰ ਮਿਲੀ, ਤਾਂ ਇਹਨਾਂ ਨੇ ਕਿਸ ਤਰ੍ਹਾਂ ਦਾ ਮਹਿਸੂਸ ਕੀਤਾ? ਦੇਖੋ, ਜਿਵੇਂ ਡਾਕਟਰ ਸਾਹਿਬ ਨੇ ਗੱਲ ਕਹੀ ਹੈ ਕਿ ਲਗਾਤਾਰ ਮੇਰੇ ਖਿਆਲ 'ਚ ਸਾਲ ਤੋਂ ਉੱਪਰ ਹੋ ਗਿਆ ਸਮਾਂ, ਜੇ ਪੰਜਾਬ ਦੇ ਕਿਸਾਨਾਂ ਦੀ ਆਪਾਂ ਗੱਲ ਕਰੀਏ, ਪਹਿਲਾਂ ਪੰਜਾਬ ਬੈਠੇ, ਮੁੜ ਕੇ ਆਣ ਕੇ ਦਿੱਲੀ ਦੇ ਵੱਖ ਵੱਖ ਬਾਰਡਰਾਂ 'ਤੇ ਬੈਠੇ ਜੀ, ਇੰਨਾ ਕੁਝ ਆਪਾਂ ਨੁਕਸਾਨ 'ਚ ਲਿਆ ਵਾ, ਭਾਵੇਂ ਲਖੀਮਪੁਰ ਖੀਰੀ ਦੀ ਘਟਨਾ ਵਾ, ਟਿੱਕਰੀ ਬਾਰਡਰ ਸਾਡੀਆਂ ਮਾਵਾਂ ਦੇ ਉੱਤੋਂ ਦੀ ਟਰੱਕ ਚਾੜ ਦਿੱਤੇ ਗਏ, ਸਭ ਕੁਝ ਵਾਪਰ ਤੋਂ ਬਾਅਦ ਜਦੋਂ ਖਬਰ ਸਾਰੇ ਸੁਣੀ, ਮੈਨੂੰ ਅੱਜ ਵੀ ਯਾਦ ਆ ਕਿ ਜਦੋਂ ਉਹ ਪੰਜਾਬ ਤੋਂ ਫੋਨ ਆਉਂਦਾ, ਜੇ ਅਸੀਂ ਆਪਾਂ ਤਾਂ ਨਿਊਜ਼ ਵੇਖੀ ਵੀ ਨਹੀਂ ਸੀ ਕਿ ਇੱਦਾਂ ਮੋਦੀ ਨੇ ਜਿਹੜੇ ਉਹ 3 ਕਾਨੂੰਨ ਜਿਹੜੇ ਆ ਵਾਪਸ ਲੈਣ ਦਾ ਫੈਸਲਾ ਲਿਆ, ਅਤੇ ਇੱਕਦਮ ਹੈਰਾਨੀ ਹੋਈ ਵੀ ਜੇ ਇਹ ਫੈਸਲਾ ਲੈ ਲਿਆ ਤਾਂ ਵਧੀਆ ਗੱਲ ਆ। ਪਰ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਕਿ ਜਦੋਂ ਉਹਨੂੰ ਗਹਿਰਾਈ ਤੱਕ ਵੇਖਦੇ ਹਾਂ ਵੀ ਕਿਤੇ ਨਾ ਕਿਤੇ ਉਹਨਾਂ ਦੀ ਚਾਲ ਆ, ਜਾਂ ਇਲੈਕਸ਼ਨਾਂ ਦੀ ਗੱਲ ਕਹਿ ਲਈਏ ਆਪਾਂ, ਵੀ ਕਿਉਂਕਿ ਜਿਹੜਾ ਰਾਜਨੀਤਿਕ ਬੰਦਾ ਹੁੰਦਾ ਉਹ ਰੱਬ ਤੋਂ ਨਹੀਂ ਵੋਟ ਤੋਂ ਡਰਦਾ ਜੀ, ਕਿਉਂਕਿ ਉਹਨੂੰ ਇਹ ਆ ਵੀ ਉਹ ਇਹ ਵੋਟ ਬੈਂਕ ਆ ਵੀ ਕਿਤੇ ਨਾ ਕਿਤੇ, ਕਿਉਂਕਿ ਉਹਨੂੰ ਆਪਣੀਆਂ ਗੱਦੀਆਂ ਖਿਸਦੀਆਂ ਨਜ਼ਰ ਆਉਂਦੀਆਂ। ਜੇ ਮੈਨੂੰ ਲੱਗਦਾ ਵੀ ਇਹ 3 ਕਾਨੂੰਨ ਇੱਦਾਂ ਹੀ ਲਾਗੂ ਹੋਣ 'ਚ ਉਹਨਾਂ ਦੀ ਗੱਦੀ ਨੂੰ ਕੋਈ ਖਤਰਾ ਨਾ ਹੁੰਦਾ, ਤਾਂ ਮੈਨੂੰ ਲੱਗਦਾ ਵੀ ਉਹਨਾਂ ਨੇ ਇਹ ਬੈਕ ਨਹੀਂ ਸੀ ਹੋਣਾ। ਪਰ ਲੱਗ ਰਿਹਾ ਸੀ ਕਿ ਕਿਤੇ ਨਾ ਕਿਤੇ ਉਹਨਾਂ ਨੂੰ ਭਾਵੇਂ ਯੂਪੀ ਦਿਸ ਰਿਹਾ ਵਾ, ਬਾਕੀ ਸਟੇਟਾਂ ਦਾ ਕਿਤੇ ਨਾ ਕਿਤੇ ਝਟਕਾ ਲੱਗਣਾ ਆਉਣ ਵਾਲਾ ਦਿਸ ਰਿਹਾ, ਜਿਵੇਂ ਬੀਜੇਪੀ ਦੇ ਲੀਡਰਾਂ ਨੂੰ ਬਾਹਰ ਘਿਰਾਓ ਰਿਹਾ, ਉਹਨਾਂ ਦੇ ਕੱਪੜੇ ਪਾੜ ਰਹੇ ਆ, ਲੋਕ ਉਹਨਾਂ ਦੇ ਗਲ ਪੈ ਰਹੇ ਆ, ਅਤੇ ਸਾਰਾ ਕੁਝ ਆਪਾਂ ਵੇਖਦੇ ਹਾਂ। ਭਾਵੇਂ ਹੁਣ ਕਿਉਂਕਿ ਇੰਨਾ ਸੌਖਾ ਮੋਦੀ ਵਾਸਤੇ ਵੀ ਹੈ ਨਹੀਂ, ਕਿਉਂਕਿ ਉਹਦੇ ਦਫ਼ਤਰਾਂ ਵਿੱਚੋਂ ਉਹਦੀਆਂ ਫੋਟੋਆਂ ਲਾਈਆਂ ਗਈਆਂ, ਆਪਾਂ ਵੇਖ ਰਹੇ ਹਾਂ ਵੀ ਉਹਦੇ ਜਿਹੜੇ ਦਫ਼ਤਰ ਬਣੇ ਆ ਉਹਦੇ ਵਰਕਰਾਂ ਨੇ ਫੋਟੋਆਂ ਉਤਾਰਤੀਆਂ, ਉਹਦਾ ਵਿਰੋਧ ਕੀਤਾ, ਇਹ ਤੋਂ ਪਤਾ ਲੱਗਦਾ ਵੀ ਇੰਨਾ ਸੌਖਾ ਉਹਦੇ ਲਈ ਵੀ ਨਹੀਂ ਸੀ ਹੈਗਾ। ਪਰ ਉਹਦੇ ਕੋਲੋਂ ਇਹ ਬਿੱਲ ਜਿਹੜੇ ਵਾਪਸ ਲੈਣ ਵਾਲੀ ਗੱਲ ਆ, ਇਹਦਾ ਇੱਕੋ ਹੀ ਕਾਰਨ ਆਪਾਂ ਸਮਝਦੇ ਹਾਂ ਵੀ ਕਿਤੇ ਨਾ ਕਿਤੇ ਉਹਦੇ 'ਤੇ ਹੁਣ ਜਿਹੜਾ ਉਹ ਪ੍ਰੈਸ਼ਰ, ਉਹ ਜਿਹੜੀ ਗੱਲ ਕਹੀ ਵੀ ਉਹ ਮੈਂ ਸਮਝਾ ਨਹੀਂ ਪਾਇਆ, ਇਹ ਲਵਜੋ ਨੇ ਬੋਲਿਆ, ਪਰ ਕਿਤੇ ਨਾ ਕਿਤੇ ਉਹਦੇ ਦਿਮਾਗ ਦੇ ਵਿੱਚ ਇਹ ਗੱਲ ਹੈਗੀ ਆ ਕਿ ਜਿਵੇਂ ਡਾਕਟਰ ਸਾਹਿਬ ਨੇ ਕਹਿਤਾ ਵੀ ਇਹ 3 ਨਹੀਂ 6 ਨਹੀਂ, ਪਤਾ ਨਹੀਂ ਕਿੰਨੇ ਕਾਨੂੰਨ ਹੋਰ ਵੀ ਨਵੇਂ ਬਣ ਸਕਦੇ ਆ, ਸਾਨੂੰ ਅੱਗੇ ਤੋਂ ਵੀ ਸੁਚੇਤ ਹੋਣ ਦੀ ਜ਼ਰੂਰਤ ਆ। ਅੱਜ 1 ਸਾਲ ਪੂਰਾ ਹੋ ਗਿਆ ਜੀ, ਅਤੇ ਕੱਲ੍ਹ ਨੂੰ ਇਸ ਤਰ੍ਹਾਂ ਕਿਹਾ ਜਾ ਰਿਹਾ ਵੀ ਜਿਵੇਂ ਵਰ੍ਹੇਗੰਢ ਮਨਾਉਣੀ ਆ, ਖੁਸ਼ੀ ਦੇ ਵਿੱਚ ਮਨਾਈ ਜਾਣੀ ਆ, ਅਤੇ ਕੱਲ੍ਹ ਦਾ ਇੱਥੇ ਕੀ ਪ੍ਰੋਗਰਾਮ ਹੈ ਜੀ ਆਪਣੇ ਟਿੱਕਰੀ ਬਾਰਡਰ ਦਾ? ਦੇਖੋ, ਅਸੀਂ ਆਏ ਵੀ ਨੱਚਦੇ ਗਾਉਂਦੇ ਸਾਂ ਜੀ, ਔਰ ਜਦੋਂ ਵੀ ਵਾਪਸ ਜਾਵਾਂਗੇ, ਭਾਵੇਂ ਅੱਜ ਜਾਵਾਂਗੇ, 2 ਸਾਲਾਂ ਬਾਅਦ ਜਾਂਦੇ ਹਾਂ, ਹਜੇ ਕੁਛ ਕਹਿ ਨਹੀਂ ਸਕਦੇ ਜੀ, ਪਰ ਉਦੋਂ ਵੀ ਵਾਪਸ ਵੀ ਨੱਚਦੇ ਗਾਉਂਦੇ ਜਾਵਾਂਗੇ। ਇਹ ਕਿਸਾਨ ਆ, ਹੈ ਨਾ, ਇਹ ਸਾਡੇ ਪਰਸਿਵਰੈਂਸ ਆ, ਸਾਡੇ ਦਿਲ ਆ, ਸਾਡੇ ਜਿਗਰੇ ਆ। ਕੱਲ੍ਹ ਅਸੀਂ ਆਪਣੇ ਸ਼ਹੀਦਾਂ ਨੂੰ ਯਾਦ ਕਰਾਂਗੇ ਔਰ ਉਹਨਾਂ ਨੂੰ ਕਹਾਂਗੇ ਕਿ ਜਿਹੜਾ ਤੁਹਾਡੇ ਨਾਲ ਪ੍ਰੋਮਿਸ ਕੀਤਾ ਸੀ ਕਿ 3 ਕਾਨੂੰਨ ਵਾਪਸ ਕਰਾਵਾਂਗੇ, ਉਸ ਤੋਂ ਬਾਅਦ ਹੀ ਸੋਚਾਂਗੇ ਘਰ ਜਾਣ ਦੀ। ਹਜੇ ਵੀ ਉੱਤੇ ਕਾਇਮ ਆ ਕਿ 3 ਕਾਨੂੰਨ ਕਰਾਵਾਂਗੇ, ਬਾਕੀ ਗੱਲਾਂ ਹਜੇ ਬਾਅਦ ਦੀਆਂ, ਕਿ ਉਹ ਤਾਂ ਕਰਵਾਤੇ ਨਾ, ਫਿਰ ਅਗਲੀ ਗੱਲ ਸੋਚਾਂਗੇ। ਬਾਕੀ ਇੱਥੇ ਕਾਫੀ, ਪਹਿਲੀ ਗੱਲ ਤਾਂ ਸਭ ਤੋਂ ਮੇਰੇ ਲਈ ਵੱਡੀ ਗੱਲ ਆ ਕਿ ਭਾਈ ਸਾਹਿਬ ਇੱਥੇ ਆਏ।
ਠੀਕ ਹੈ ਨਾ। ਬਾਕੀ ਕੱਲ ਕਲਾਕਾਰ ਹੋਰ ਆਈ ਬਹੁਤ ਬਹੁਤ ਲੋਕਾਂ ਨੇ ਆਉਣਾ, ਪਰ ਉਹਨਾਂ ਨੇ ਕਿਸੇ ਨੇ ਕਲਾਕਾਰ ਬਣ ਕੇ ਨਹੀਂ ਆਉਣਾ, ਉਹ ਸਾਡੇ ਭਰਾ ਭੈਣਾਂ ਬਣ ਕੇ ਆਉਣਾ, ਭਾਵੇਂ ਬੱਬੂ ਮਾਨ ਆ, ਭਾਵੇਂ ਆਪਣਾ ਜਸ ਬਾਜਵਾ ਵਾ, ਮੈਂ ਰੇਸ਼ਮਨ, ਬਹੁਤ ਮੁੰਡੇ ਆ ਜਿਹੜੇ ਆਉਣ ਲੱਗੇ, ਤੇ ਕਈ ਜਿਹੜੇ ਆ ਜਿੱਦਾਂ ਏਮੀ ਵਰਗੇ ਦੁਬਈ ਬੈਠੇ ਆ ਉਹ ਨਹੀਂ ਆ ਸਕਦੇ, ਪਰ ਉਹਨਾਂ ਦਾ ਵੀ ਪਿਆਰ ਸਾਡੇ ਨਾਲ ਆ, ਕਰਨ ਔਜਲਾ ਉਹਦਾ, ਸਾਰੇ ਮੁੰਡੇ ਜਿਹੜੇ ਵਾਰਿਸ ਭਰਾ ਆ ਉਹ ਨਹੀਂ ਆ ਸਕਦੇ, ਪਰ ਕਿਉਂਕਿ ਉਹਨਾਂ ਦੇ ਪਹਿਲਾਂ ਹੀ ਪ੍ਰੀ ਪ੍ਰਾਈ, ਪਰ ਸਾਰਿਆਂ ਦਾ ਪਿਆਰ ਕਿਸਾਨਾਂ ਦੇ ਨਾਲ ਆ। ਵੱਡੀ ਗੱਲ ਇਹ ਆ ਉਹਨਾਂ ਨੇ ਇੱਥੇ ਗਾਇਕ ਕਲਾਕਾਰ ਆਈ ਐਸ ਆਫਿਸਰਸ ਡੀ ਸੀ ਕਮਿਸ਼ਨਰ ਨਹੀਂ ਬਣ ਕੇ ਆਉਣਾ, ਜਿਹੜੇ ਵੀ ਇੱਥੇ ਉਹਨਾਂ ਨੇ ਕਿਸਾਨ ਬਣ ਕੇ ਆਉਣਾ, ਦੇਸ਼ ਪ੍ਰੇਮੀ ਬਣ ਕੇ ਆਉਣਾ। ਭਾਈ ਸਰਬਜੀਤ ਸਿੰਘ ਜੀ, ਜਿੱਥੇ ਵੀ ਜਦੋਂ ਦਾ ਕਿਸਾਨੀ ਸੰਘਰਸ਼ ਸ਼ੁਰੂ ਹੋਇਆ ਉਦੋਂ ਤੋਂ ਹਰੇਕ ਕਥਾ ਦੇ ਵਿੱਚ ਇਹ ਜਿਹੜਾ ਕਿਸਾਨੀ ਮੋਰਚਾ ਇਹਦਾ ਜ਼ਿਕਰ ਕਰਦੇ ਆ, ਅਤੇ ਡਾਕਟਰ ਸਾਹਿਬ ਦੇ ਬਾਰੇ ਹਰੇਕ ਕਥਾ ਦੇ ਵਿੱਚ ਲਗਭਗ ਇਹਨਾਂ ਦਾ ਜ਼ਿਕਰ ਜ਼ਰੂਰ ਕਰਦੇ ਆ, ਕਿਉਂ ਇਹਨਾਂ ਦੀ ਖਾਸ ਦੇਣ ਕਿਉਂ ਅਤੇ ਜ਼ਿਕਰ ਕਿਉਂ ਆ? ਦੇਖੋ, ਪਹਿਲੀ ਗੱਲ ਤਾਂ ਹੈ ਕਿ ਮੈਂ ਗੱਲ ਜਿੰਨੀ ਵਾਰ ਵੀ ਕਥਾ ਸਟੇਜਾਂ 'ਤੇ ਕੀਤੀ ਉਹ ਗੱਲ ਕਰਦਾ ਹੁੰਦਾ ਕਿ ਤੁਸੀਂ ਕਿਸੇ ਵੀ ਡਾਕਟਰ ਨੂੰ ਮਿਲਣ ਜਾਓ ਨਾ, ਅਤੇ ਜੇ ਉਹਨੇ 10 ਵਜੇ ਕਲੀਨਿਕ 'ਚ ਆਣ ਕੇ ਬਹਿਣਾ ਅਤੇ 7 ਵਜੇ ਲੋਕ ਪਰਚੀਆਂ ਲੈਣ ਲਈ ਲੈਣਾਂ 'ਚ ਲੱਗੇ ਹੁੰਦੇ ਆ ਜੀ, ਅਤੇ ਮੇਰੇ ਖਿਆਲ 'ਚ ਡਾਕਟਰ ਸਾਹਿਬ ਦੀ ਇੱਥੇ ਅੰਦੋਲਨ ਦੇ ਵਿੱਚ ਇਸ ਪਿਕਚਰ ਨੇ ਇਹ ਦੱਸਤਾ ਕਿ ਡਾਕਟਰ ਇਕੱਲਾ ਮਰੀਜ਼ਾਂ ਨੂੰ ਚੈੱਕ ਹੀ ਨਹੀਂ ਕਰਦਾ, ਉਹ ਸਿਰ 'ਤੇ ਤਰਪਾਲਾਂ ਚੱਕ ਕੇ ਵੰਡ ਵੀ ਸਕਦਾ, ਟਰਾਲੀਆਂ 'ਚ ਕੰਬਲ ਵੀ ਧੁਆ ਸਕਦਾ, ਗਟਰ ਵੀ ਸਾਫ਼ ਕਰਾ ਸਕਦਾ। ਅਤੇ ਮੈਂ ਤਾਂ ਡਾਕਟਰ ਸਾਹਿਬ ਅੱਗੇ ਹੱਸਦਾ ਸੀ, ਮੈਂ ਕਿਹਾ ਤੁਸੀਂ ਤਾਂ ਜਿਵੇਂ ਉਹ ਖੁੱਡਾਂ ਦੇ ਵਿੱਚ ਪਾਣੀ ਪਾ ਪਾ ਕੇ ਚੂਹੇ ਬਾਹਰ ਕੱਢੀ ਦੇ, ਤੁਸੀਂ ਤਾਂ ਇਸ ਦੇਸ਼ ਦੇ ਡਾਕਟਰਾਂ ਨੂੰ ਦੱਸਤਾ ਵੀ ਡਾਕਟਰ ਹੁੰਦਾ ਕੀ ਅਸਲ ਦੇ ਵਿੱਚ, ਵੀ ਆਹ ਸਾਡੀ ਜ਼ਿੰਮੇਵਾਰੀ ਆ। ਅਤੇ ਬੜੀ ਭਾਵਪੂਰਕ ਇਹਨਾਂ ਦੀ ਸਪੀਚ ਸੀ ਕਿ ਜਦੋਂ ਮੈਨੂੰ ਲੋਕ ਪੁੱਛਦੇ ਸੀ ਕਿ ਮੈਂ ਤੂੰ ਇੱਥੇ ਕਿਉਂ ਆਇਆ, ਤਾਂ ਮੈਂ ਕਿੱਦਾਂ ਇੱਥੇ ਇਸ ਅੰਦੋਲਨ ਦੇ ਵਿੱਚ ਆਪਣਾ ਸਭ ਕੁਝ, 5 ਸਾਲ ਦੀ ਪਿੱਛੇ ਬੇਟੀ ਆ, ਪਰਿਵਾਰ ਵਾ, ਇਹ ਗੱਲਾਂ ਇੰਨੀਆਂ ਸੌਖੀਆਂ ਨਹੀਂ ਹੈਗੀਆਂ ਕਿ ਐਡਾ ਸੁੱਖ ਆਰਾਮ ਛੱਡ ਕੇ ਇੱਥੇ ਬਿਲਕੁਲ ਗਰਾਊਂਡ 'ਤੇ ਆਣ ਕੇ 2 ਦਿਨ ਆਣ ਕੇ ਰਹਿ ਕੇ ਚਲੇ ਜਾਣਾ, ਇੱਕ ਹੋਰ ਗੱਲਾਂ ਵਾ। ਅਤੇ ਸੱਚੀ ਗੱਲ ਆ, ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਅੰਦੋਲਨ ਬਾਰੇ ਗੱਲਾਂ ਵੀ ਲੋਕਾਂ ਉਹਨਾਂ ਨੇ ਕੀਤੀਆਂ ਜਿਹੜੇ 1-2 ਦਿਨ ਆਣ ਕੇ ਅਤੇ ਬਾਕੀ ਰਜਾਈ 'ਚ ਬਹਿ ਕੇ ਕਿਲੋ ਕਿਲੋ ਮੂੰਗਫਲੀ ਚੱਬ ਕੇ ਗੱਚ ਖਾ ਕੇ ਅਤੇ ਆਪਣੇ ਘਰਾਂ ਸੌਂ ਜਾਂਦੇ ਰਹੇ ਆ, ਜਿਹੜੇ ਇੱਥੇ ਆਣ ਕੇ ਜਿਨ੍ਹਾਂ ਨੇ ਧੁੱਪਾਂ ਵੀ ਹੰਢਾਈਆਂ ਵਾ, ਸਰਦੀ ਦੇ ਵਿੱਚ ਵੀ ਰਹੇ ਆ, ਜਿਨ੍ਹਾਂ ਨੇ ਸਭ ਤਸ਼ੱਦਦ ਝੱਲੇ ਆ, ਉਹ ਇਸ ਅੰਦੋਲਨ ਦੇ ਬਾਰੇ ਨੈਗੇਟਿਵ ਨਹੀਂ ਕਹੇ, ਕਹਿੰਦੇ ਨਹੀਂ ਤੁਹਾਡੀਆਂ ਮਾਵਾਂ ਬੇਟੀਆਂ ਵਾ। ਦੂਜੀ ਗੱਲ ਜਿਹੜੀ ਮੈਂ ਬਾਣੀ ਦੀ ਗੱਲ ਕਰਦਾ, ਕਿਉਂਕਿ ਅਸੀਂ ਕਿਸਾਨੀ ਅੰਦੋਲਨ ਦੀ ਗੱਲ ਕਿਉਂ ਕਰਦੇ ਸੀ, ਕਿਉਂਕਿ ਮੈਂ ਹੁਣੇ ਵੀਰ ਨਾਲ ਗੱਲ ਕਰਕੇ ਰਿਹਾ ਕਿ ਇਹ ਕਿਸਾਨੀ ਸਾਡਾ ਕਿੱਤਾ ਧੰਦਾ ਹੀ ਨਹੀਂ, ਕਿਸਾਨੀ ਸਾਡਾ ਵਿਰਸਾ ਵੀ ਆ, ਕਿਉਂਕਿ ਸਾਡੇ ਗੁਰੂ ਸਾਹਿਬ ਨੇ ਜਦੋਂ ਦੁਨੀਆਂ ਨੂੰ ਜਗਾਇਆ, ਉੱਦਮੀ ਬਣਨ ਦੀ ਪ੍ਰੇਰਨਾ ਦਿੱਤੀ ਹੈ, ਤਾਂ ਸਭ ਤੋਂ ਪਹਿਲਾਂ ਕਿਸਾਨ ਦੀ ਐਗਜ਼ੈਂਪਲ ਦਿੱਤੀ ਹੈ ਵੀ ਮਨ ਵਾਲੀ ਕਿਸਾਨੀ ਕਰਨੀ, ਬੰਦਾ ਜੇ ਉੱਦਮੀ ਬਣਨਾ ਨਾ ਤਾਂ ਕਿਸਾਨ ਕੋਲੋਂ ਸਿੱਖ, ਕਿਸਾਨ ਲੋਕਾਂ ਦੇ ਉੱਠਣ ਤੋਂ ਪਹਿਲਾਂ ਖੇਤਾਂ 'ਚ ਬੈਠਾ ਹੁੰਦਾ। ਤੋ ਬਾਕੀ ਮੈਂ ਇਹ ਗੱਲ ਅਕਸਰ ਰਾਗੀਆਂ ਪ੍ਰਚਾਰਕਾਂ ਨੂੰ ਵੀ ਕਹਿੰਦਾ ਹੁੰਦਾ ਸੀ ਵੀ ਤੁਸੀਂ ਆਪਣਾ ਇੱਕ ਕਮਿਟਮੈਂਟ ਕਰੋ ਆਪਣੇ ਆਪ ਨਾਲ, ਵੀ ਤੁਸੀਂ ਕਿਤੇ ਵੀ ਜਾਓ ਭਾਵੇਂ 5 ਮਿੰਟ ਅੰਦੋਲਨ ਬਾਰੇ ਗੱਲ ਕਰੋ, ਜ਼ਰੂਰ ਕਰੋ। ਅਤੇ ਮੈਂ ਆਪਣੀ ਇਹ ਡਿਊਟੀ ਇਮਾਨਦਾਰੀ ਨਾਲ ਨਿਭਾਈ ਆ ਕਿ ਜਿੱਥੇ ਵੀ ਮੈਂ ਲਗਾਤਾਰ ਇਹਨਾਂ ਸਮਾਗਮਾਂ 'ਚ ਗਿਆ ਅਤੇ ਗੱਲ ਜ਼ਰੂਰ ਕਰਦਾ ਰਿਹਾ, ਅਤੇ ਡਾਕਟਰ ਸਾਹਿਬ ਬਾਰੇ ਗੱਲ ਕਰਾਂ ਤਾਂ ਮੇਰਾ ਫਰਜ਼ ਬਣਦਾ ਸੀ, ਕਿਉਂਕਿ ਮੇਰੇ ਕੋਲ ਆਮ ਮੁਹਾਰੇ ਗੱਲ ਹੀ ਇਹ ਨਿਕਲਦੀ ਸੀ ਕਿ ਨਹੀਂ, ਬੜੀ ਵੱਡੀ ਦੇਣ ਆ, ਅਤੇ ਇਹ ਆਉਣ ਵਾਲੇ ਸਮੇਂ ਜਦੋਂ ਇਤਿਹਾਸ ਲਿਖਿਆ ਜਾਊਗਾ ਦੋਨਾਂ ਦਾ ਲਿਖਿਆ ਜਾਣਾ, ਜਿਨ੍ਹਾਂ ਨੇ ਇਸ ਅੰਦੋਲਨ ਦੇ ਬਾਰੇ ਐਂ ਜਾਨ ਲਾਈ ਉਹਨਾਂ ਦਾ ਵੀ, ਅਤੇ ਜਿਨ੍ਹਾਂ ਨੇ ਲੱਤਾਂ ਖਿੱਚਣ ਦੀ ਕੋਸ਼ਿਸ਼ ਕੀਤੀ ਆ ਉਹਨਾਂ ਦਾ ਵੀ ਨਾਂ ਲਿਖਿਆ ਜਾਣਾ। ਇਹ ਅਸੀਂ ਫੈਸਲਾ ਕਰਨਾ ਸੀ ਕਿਹੜੇ ਕਤਾਰ ਵਿੱਚ ਖਲੋਣਾ। ਆ ਵੇਖੋ ਰੌਣਕਾਂ, ਮੈਨੂੰ ਹੁਣੇ ਵੀਰ ਪੁੱਛ ਰਿਹਾ ਸੀ ਵੀ ਤੁਸੀਂ, ਮੈਂ ਕਿਹਾ ਅਸੀਂ ਤੁਹਾਡਾ ਮੰਨਣਾ ਇਹ ਸੀ ਕਿ ਸ਼ੁਰੂ ਤੋਂ ਰੌਣਕਾਂ ਨਹੀਂ ਘਟੀਆਂ, ਵੇਖਣ ਦਾ ਨਜ਼ਰੀਆ ਬਦਲ ਸਕਦਾ, ਰੌਣਕਾਂ ਨਹੀਂ ਘਟੀਆਂ, ਰੌਣਕਾਂ ਸ਼ੁਰੂ ਤੋਂ ਇੱਦਾਂ ਰਹੀਆਂ, ਇੱਦਾਂ ਹੀ ਬਾਗੋ ਬਾਗ ਖਿੜੇ ਚਿਹਰੇ ਰਹੇ ਆ। ਅਤੇ ਸਭ ਤੋਂ ਵੱਡੀ ਗੱਲ ਸੀ ਕਿ ਇੰਨੇ ਦੁੱਖ ਤਕਲੀਫਾਂ ਝੱਲਣ ਤੋਂ ਬਾਅਦ ਵੀ ਹਰ ਕਿਸਾਨ ਦੇ ਚਿਹਰੇ 'ਤੇ ਮੁਸਕਰਾਹਟ ਸੀ, ਅਤੇ ਇਹ ਸਾਡੀ ਜਿੱਤ ਦਾ ਇੱਕ ਬੜਾ ਵੱਡਾ, ਮੈਂ ਕਹਿ ਸਕਦਾ ਕਿ ਇਹ ਆ ਸਾਡੀ ਮੇਨ ਜਿੱਤ ਦਾ ਕਾਰਨ। ਬਿਲਕੁਲ, ਇਹ ਪੱਤਰਕਾਰ ਵੀ ਇੱਕ ਕਿਸਾਨ ਨੂੰ ਪੁੱਛ ਰਿਹਾ ਕੱਲ੍ਹ ਕਿ ਹੁਣ ਖੁਸ਼ ਹੋ ਗਏ, ਉਹ ਕਹਿੰਦੇ ਅਸੀਂ ਉਦਾਸ ਕਦੋਂ ਹੋਏ ਸੀ, ਅਸੀਂ ਤਾਂ ਹਮੇਸ਼ਾ ਹੀ ਖੇੜੇ ਦੇ ਵਿੱਚ ਸੀਗੇ, ਕਿਉਂਕਿ ਨਾਨਕ ਭਗਤਾਂ ਸਦਾ ਵਿਗਾਸ। ਸੋ ਇਹ ਜਿਹੜਾ ਔਖਾ ਟਾਈਮ ਆ, ਕਿਉਂਕਿ ਕੋਈ ਵੀ ਮੁਸੀਬਤ ਹੋਵੇ ਉਹ ਵਕਤ ਲੰਘ ਤੇ ਜਾਂਦਾ, ਪਰ ਔਖੇ ਸਮੇਂ ਦੇ ਵਿੱਚ ਜਿਹਨੇ ਸਾਥ ਦਿੱਤਾ ਜਾਂਦਾ ਉਹ ਵੀ, ਅਤੇ ਜਿਹਨੇ ਸਾਥ ਨਹੀਂ ਦਿੱਤਾ ਉਹ ਦੋਵੇਂ ਹੀ ਯਾਦ ਕੀਤੇ ਜਾਂਦੇ ਆ। ਸੋ ਇਹ ਦੋ ਸ਼ਖਸੀਅਤਾਂ ਜਿਨ੍ਹਾਂ ਦਾ ਕਿਸੇ ਯੂਨੀਅਨ ਦੇ ਨਾਲ ਕੋਈ ਸੰਬੰਧ ਨਹੀਂ, ਕੋਈ ਨਾਤਾ ਨਹੀਂ, ਪਰ ਆਪਣਾ ਫਰਜ਼ ਸਮਝਦੇ ਹੋਏ ਲਗਾਤਾਰ ਇਸ ਮੋਰਚੇ ਦੇ ਵਿੱਚ ਇਹਨਾਂ ਨੇ ਸੇਵਾਵਾਂ ਨਿਭਾਈਆਂ। ਸੋ ਇਹਨਾਂ ਦੋਵਾਂ ਸ਼ਖਸੀਅਤਾਂ ਦਾ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।